लोगों का सपना होता है कि चांद की एक बार सैर की जाए, लेकिन जालंधर के एक व्यक्ति ने चांद पर ही प्लॉट खरीद लिया है। यूएसए से आकर जालंधर के एक दोस्त ने अपने दोस्त को चांद पर प्लॉट लेकर गिफ्ट किया। दरअसल मामला कुछ इस तरह है, जिसमें जालंधर के रहने वाले सुरजीत थापर के दोस्त ने सुरजीत थापर के नाम पर चांद पर एक कनाल का प्लॉट खरीदकर उसके नाम पर कर दिया, जिसके बाद सुरजीत थापर जालंधर के पहले ऐसे इंसान बन गए हैं जिनके नाम पर चांद पर प्लॉट है। ये बात मजाक में लेने वाली नहीं है, क्योंकि सुरजीत थापर पूरे डॉक्यूमेंट दिखा रहे हैं कि कैसे उन्होंने चांद पर प्लॉट लिया। जालंधर से पंकज शर्मा की रिपोर्ट। ਉਹਦਾ ਜੀ ਜਿੱਦਾਂ ਜੀ ਆਪਾਂ ਅਮਰੀਕਾ ਹੀ ਸਾਈਡ ਆ ਜੀ, ਇੱਕ ਅਮਰੀਕਾ ਹੀ ਸਾਈਡ ਆ, ਅਤੇ ਉੱਥੋਂ ਆਪਾਂ ਔਨਲਾਈਨ ਇਹ ਖਰੀਦੀ ਸੀਗੀ ਪ੍ਰੋਪਰਟੀ। ਆਪਾਂ ਜੀ ਦੋ ਪਲਾਟ ਖਰੀਦੇ ਸੀ, ਆਪਣੀ ਮੈਂ ਆਪਣੀ ਵਾਈਫ ਦਾ ਬਰਥਡੇ ਸੀਗਾ, ਉਹ ਗਿਫਟ ਕੀਤਾ ਸੀਗਾ ਉਹਨੂੰ, ਅਤੇ ਉਹਨਾਂ ਲਈ ਖਰੀਦੇ ਸੀਗੇ। ਮੂਨ 'ਤੇ ਆ ਜੀ, ਮੂਨ 'ਤੇ ਖਰੀਦੇ ਸੀਗੇ, ਅਤੇ ਉਹਦੇ ਲਈ ਫਿਰ ਹੁਣ ਇਹ ਭਾਈ ਸਾਹਿਬ ਕਹਿੰਦੇ ਜੀ ਜਿੱਦਾਂ ਇੱਕ ਪਲਾਟ ਜੀ ਸਾਡੇ ਨਾਂ 'ਤੇ ਕਰ ਦਿਉ, ਹੈ ਕਿ ਨਹੀਂ। ਉਹ ਅਸੀਂ ਜੀ ਹੁਣ ਇੱਕ ਪਲਾਟ ਜਿਹੜਾ ਆ ਇਹ ਭਾਈ ਸਾਹਿਬ ਉਹਨਾਂ ਦੇ ਨਾਮ 'ਤੇ ਕੀਤਾ, ਉਹ ਜਿੱਦਾਂ ਵੀ ਆ। ਉਹ ਜੀ ਇੱਕ ਏਕੜ ਆ ਜੀ, ਜਿੱਦਾਂ ਡਾਕੂਮੈਂਟ ਵਿੱਚ ਇੱਕ ਏਕੜ ਲਿਖਿਆ ਹੋਇਆ ਆ, ਅਤੇ ਇੱਕ ਏਕੜ ਹੈਗਾ ਆ, ਅਤੇ ਹਾਂਜੀ। ਹਾਂਜੀ, ਪੇਪਰ ਹੈਂਡ ਓਵਰ ਇਹਨਾਂ ਨੇ ਕਰ ਦਿੱਤੇ ਹੋਏ ਆ, ਪੇਪਰ ਜਿਹੜੇ ਇਹਨਾਂ ਨੂੰ, ਅਤੇ ਉਹ ਕਰਤੇ ਆ। ਜੋ ਵੀ ਜੇਕਰ ਔਨਲਾਈਨ ਕੋਈ ਹੋਊਗਾ ਤਾਂ ਅਸੀਂ ਜਿਹੜੀ ਵੈਬਸਾਈਟ ਹੈਗੀ ਆ ਉਹਨਾਂ ਨੂੰ ਕਹਿ ਕੇ ਕਹਿ ਦਾਂਗੇ ਜੀ, ਇਹਨਾਂ ਨੂੰ ਦੱਸਦੇ ਹੈਗੇ ਜੋ ਵੀ ਆ ਟ੍ਰਾਂਸਫਰ ਹੋ ਜੂਗੀ ਜੀ। ਇਹ ਜੀ ਇੱਕ ਖੁਆਇਸ਼ ਸੀਗੀ, ਜਿੱਦਾਂ ਕਿ ਲੈ ਵੀ ਵਾਈਫ ਨੂੰ ਡਿਫਰੈਂਟ ਗਿਫਟ ਦੇਣਾ ਜੀ, ਲੈ ਵੀ ਕਿ ਮੈਂ ਉਸ ਹਿਸਾਬ ਨਾਲ ਖਰੀਦਿਆ ਸੀਗਾ। ਇਹ ਹੁਣ ਭਾਈ ਸਾਹਿਬ ਦੀ ਆ ਗਾਂਹ, ਇਹਨਾਂ ਨੇ ਲਿਆ, ਇਹ ਹੁਣ ਇਹਨਾਂ ਨੂੰ ਪਤਾ ਹੋਊਗਾ ਕਿ ਇਹ ਕਿਸ ਹਿਸਾਬ ਨਾਲ ਲੈ ਵੀ ਕਰ ਰਹੇ ਆ, ਉਹ ਕਿਉਂ ਲੈ ਰਹੇ ਆ। ਇਹ ਜੀ ਇੱਕ ਫਰੈਂਡ ਸਰਕਲ ਸਾਡਾ ਹੈਗਾ ਜੀ, ਬਹੁਤ ਵਧੀਆ ਸਾਡਾ ਜੀ, ਪਿੰਡ ਵਿੱਚ ਇੱਕ ਪਿੰਡ ਤੋਂ ਆ ਜੀ, ਸਾਰਾ ਕੁਛ ਜਿੱਦਾਂ ਕਿ ਲੈ ਵੀ ਭਾਈਚਾਰਾ ਆਪਣਾ ਹੈ ਜੀ, ਵਧੀਆ ਫੀਲ ਹੋ ਰਿਹਾ ਜੀ। ਜਾਣੀ ਕਿ ਆਪਣੇ ਦੋ ਲੈ ਸੀਗੇ, ਅਤੇ ਇੱਕ ਆਪਾਂ ਭਾਈ ਸਾਹਿਬ ਨੂੰ ਵੀ ਖੁਸ਼ ਕਰਨਾ ਸੀਗਾ, ਅਤੇ ਇਸ ਲਈ ਭਾਈ ਬ੍ਰਦਰ ਆਪਣਾ ਕਿਹਾ ਵੀ ਇਹਨੂੰ ਵੀ ਅਸੀਂ ਕਿਹਾ ਇਹਦੀ ਤਮੰਨਾ ਸੀਗੀ, ਅਤੇ ਇਸ ਲਈ ਆਪਾਂ ਫਿਰ ਭਾਈ ਸਾਹਿਬ ਨੂੰ ਇਹ ਕਿਹਾ ਜੀ, ਬਹੁਤ ਚਿਰ ਦੇ ਪਿੱਛੇ ਪੈ ਸੀਗੇ ਜੀ, ਇੱਕ ਕਰ ਦਿਉ ਜੀ ਸਾਨੂੰ ਗਿਫਟ ਕਰ ਦਿਉ, ਅਤੇ ਇਸ ਲਈ ਫਿਰ ਭਾਈ ਸਾਹਿਬ ਨੂੰ ਕਰ ਦਿਉ ਵੀ ਕਿਤੇ ਚੰਦਰਮਾ ਦੇ ਉੱਤੇ ਪਲਾਟ ਲੈ ਦਿਉ। ਭਾਅ ਜੀ ਕਹਿੰਦਾ ਵੀ ਜਿੱਦਣ ਵੀ ਕਿਤੇ ਮੈਂ ਦੁਬਾਰਾ ਇੰਡੀਆ ਆਇਆ ਤਾਂ ਤੈਨੂੰ ਸੁਰਜੀਤ ਗਿਫਟ ਹੀ ਦੇ ਜਾਣਾ, ਅਤੇ ਮੈਂ ਕਿਹਾ ਵੀ ਚਲੋ ਭਾਅ ਜੀ ਜੇ ਇਸ ਤਰ੍ਹਾਂ ਹੌਸਲਾ, ਚਲੋ ਅਸੀਂ ਪੈਸੇ ਦੀ ਤਾਂ ਕਦੀ ਇਹ ਗੱਲ ਹੀ ਨਹੀਂ ਕਦੀ ਕੀਤੀ ਆਸ ਵਿੱਚ, ਕਿਉਂਕਿ ਇੱਕ ਭਰਾਵਾਂ ਤੌਰ 'ਤੇ ਅਸੀਂ ਇੱਕ ਦੂਜੇ ਨਾਲ ਕਾਫੀ ਲੰਬੇ ਸਮੇਂ ਤੋਂ ਸਾਡਾ ਮਿਲਣ ਵਰਤਣ ਆ, ਲੇਕਿਨ ਹੁਣ ਉਹ ਇੰਡੀਆ ਆਏ ਅਤੇ ਉਹਨਾਂ ਨੇ ਮੈਨੂੰ ਇਹ ਗਿਫਟ ਕੀਤਾ। ਮੈਂ ਇਸ ਪਰਿਵਾਰ ਦਾ ਬਹੁਤ ਹੀ ਦਿਲੋਂ ਰਿਣੀ ਧੰਨਵਾਦ ਕਰਦਾ ਹਾਂ, ਕਿਉਂਕਿ ਇਹਨਾਂ ਨੇ ਮੇਰੀ ਜਿਹੜੀ ਦਿਲੀ ਖਾਹਿਸ਼ ਸੀ ਉਹ ਖਾਹਿਸ਼ ਨੂੰ ਪੂਰਾ ਕੀਤਾ, ਕਿਉਂਕਿ ਹਰ ਬੰਦੇ ਦੀ ਸੋਚ ਹੁੰਦੀ ਆ ਵੀ ਚੰਦਰਮਾ 'ਤੇ ਪਲਾਟ ਲਈਏ, ਅਤੇ ਜੇ ਚੰਦਰਮਾ 'ਤੇ ਪਲਾਟ ਲਿਆ ਆ ਵੀ ਜੇ ਕੱਲ੍ਹ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਇਨਸਾਨ ਵਸੇਰਾ ਕਰੇਗਾ ਜਾਂ ਇਨਸਾਨ ਰਹੇਗਾ, ਔਰ ਸਾਨੂੰ ਵੀ ਮੌਕਾ ਮਿਲੇਗਾ ਵੀ ਅਸੀਂ ਚੰਦਰਮਾ ਦੇ ਉੱਤੇ ਵਸੇਰਾ ਕਰੀਏ ਜਦ ਵੀ ਇਨਸਾਨ ਰਹੇਗਾ, ਲੇਕਿਨ ਹਜੇ ਤਾਂ ਇਨਸਾਨ ਦਾ ਉੱਥੇ ਪਹੁੰਚਣਾ ਬੜਾ ਮੁਸ਼ਕਲ ਆ, ਅਤੇ ਆਉਣ ਵਾਲੇ ਸਮੇਂ ਜਿਸ ਤਰ੍ਹਾਂ ਤੁਸੀਂ ਜਾਣਦੇ ਵਿਗਿਆਨ ਦਾ ਯੁੱਗ ਆ, ਵਿਗਿਆਨ ਦੇ ਯੁੱਗ ਦੇ ਵਿੱਚ ਕੁਝ ਸਭ ਕੁਝ ਹੋ ਸਕਦਾ ਹੈ, ਅਤੇ ਔਰ ਮੈਂ ਇਸ ਪਰਿਵਾਰ ਦਾ ਔਰ ਭਾਅ ਜੀ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਜੋ ਉਹਨਾਂ ਨੇ ਵਿਦੇਸ਼ ਤੋਂ ਆ ਕੇ ਔਰ ਜੇ ਇਹ ਮੈਨੂੰ ਤੋਹਫਾ ਦਿੱਤਾ।